ਪਿੰਡ ਨਰੋੜ ਵਿਖੇ ਪੰਚਾਇਤੀ ਚੋਣਾਂ ਦਾ ਅਖਾੜਾ ਭਖ ਚੁੱਕਾ ਹੈ ਅਤੇ ਸਰਪੰਚੀ ਦੇ ਉਮੀਦਵਾਰਾਂ ਨੇ ਘਰੋਂ ਘਰੀ ਜਾ ਕੇ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਇੱਥੇ ਜ਼ਿਕਰਯੋਗ ਹੈ ਕਿ NRI ਵੀ ਪੰਚਾਇਤੀ ਚੋਣਾਂ ਵਿੱਚ ਭਾਰੀ ਦਿਲਚਸਪੀ ਲੈ ਰਹੇ ਹਨ ਅਤੇ ਆਪਣੇ ਪਸੰਦੀਦਾ ਉਮੀਦਵਾਰਾਂ ਲਈ ਵੋਟਾਂ ਦੀ ਅਪੀਲ ਕਰ ਰਹੇ ਹਨ। ਪਿੰਡ ਨਰੋੜ ਵਿੱਚ ਸਰਪੰਚੀ ਦੇ ਉਮੀਦਵਾਰ ਸਰਦਾਰ ਅਵਤਾਰ ਸਿੰਘ ਲਈ NRI ਮਹਿੰਦਰ ਸਿੰਘ ਜਸਵਾਲ ਨੇ ਪਿੰਡ ਵਾਸੀਆਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਮਹਿੰਦਰ ਸਿੰਘ ਜਸਵਾਲ ਮਾਸੀ, ਮੈਂ ਅੱਜ ਇੱਥੇ ਆਇਆ। ਮੇਰਾ ਭਤੀਜਾ ਅਵਤਾਰ ਸਿੰਘ ਜਸਵਾਲ ਜੋ ਸਰਪੰਚੀ ਲਈ ਖੜ੍ਹਾ ਹੈ, ਉਹ ਸਾਬਕਾ ਸਰਪੰਚ ਸੀ। ਪਿਛਲੇ 10 ਸਾਲਾਂ ਤੋਂ ਜੋ ਪਿੰਡ ਦੀ ਡਿਵੈਲਪਮੈਂਟ ਨਹੀਂ ਹੋਈ, ਅਸੀਂ ਵੱਧ ਚੜ੍ਹ ਕੇ ਉਹ ਡਿਵੈਲਪਮੈਂਟ ਕਰਾਵਾਂਗੇ। ਜਿਹੜੀ ਸਕੂਲ ਦੀ ਸਮੱਸਿਆ, ਸਕੂਲ 8ਵੀਂ ਤੱਕ ਹੈ। ਮੈਂ ਕੋਸ਼ਿਸ਼ ਕਰੂੰਗਾ ਕਿ ਮੰਤਰੀ ਨੂੰ ਕਹਿ ਕੇ ਅਸੀਂ ਸਕੂਲ 10ਵੀਂ ਤੱਕ ਬਣਾਵਾਂਗੇ। ਜੋ ਸੀਵਰੇਜ ਦੀ ਸਮੱਸਿਆ, ਉੱਥੇ ਵੀ ਪਾਈਪ ਪਵਾਵਾਂਗੇ। ਜੋ ਢੇਰ ਹੈ, ਢੇਰ ਵੀ ਇੱਥੋਂ ਰਿਮੂਵ ਕਰਾਵਾਂਗੇ। ਹੋਰ ਵੀ ਜੋ ਵੀ ਪਿੰਡ ਦੀ ਕੋਈ ਤਕਲੀਫ ਹੈ, ਕੋਈ ਵੀ ਕਿਸੇ ਤਰ੍ਹਾਂ ਦੀ ਵੀ ਹੋਵੇ, ਉਹ ਸਾਨੂੰ ਦੱਸਣ, ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂ, ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਅਵਤਾਰ ਸਿੰਘ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਕਰਾਓ, ਤਾਂ ਕਿ ਅਸੀਂ ਪਿੰਡ ਦੀ ਡਿਵੈਲਪਮੈਂਟ ਕਰਾ ਸਕੀਏ।